जी सत श्री अकाल जी सारिआं नूं, की हाल चाल आ? तुहाडा सारिआं दा बहुत बहुत स्वागत आ अपने यूट्यूब चैनल जिमीदार ब्लॉग दे उत्ते। ते सवेरा सवेरा आ जी, ते सवेरे सवेरे टाइम नाल ही निकल चले आ कम्म ते। ते गड्डी अपने वाली तां तुहानूं पता ही है, गई हुई वर्कशॉप बनने, ते फिर दूजी गड्डी आउंदी है चाचा लै के आउंदा उहनूं। ते आ जाओ करदे आ अज दा ब्लॉग शुरू। मौसम देखो क्या सोहना हो, कि वधिया धुप देखो लगी है। वैसे इन्हें सताउणी है धुप ने। वैसे इस धुप ने हैगा तो अजे लापी सताउणा, पर फिर भी व्यू बड़ा ओहदा बना दिंदी एक बारी। ਆਪਾਂ ਸਕੂਲ ਤਾਂ ਗਏ ਸਵੇਰੇ, ਪਰ ਕਹਿੰਦੇ ਸੀਗੇ ਵੀ ਸ਼ਾਇਦ ਪੰਜਾਬ ਬੰਦ ਦੀ ਕਾਲ ਆ, ਹੈ ਨਾ। ਅਤੇ ਉਹ ਪਹਿਲਾਂ ਸਕੂਲ ਵਾਲੇ ਕਹਿੰਦੇ ਵੀ ਨਹੀਂ ਸਕੂਲ ਲਾਉਣੇ ਆ, ਅਤੇ ਹੁਣ ਅਚਾਨਕ ਕਹਿੰਦੇ ਵੀ ਛੁੱਟੀ ਕਰਨੀ ਆ। ਅਤੇ ਅੱਜ 11:30 ਵਜੇ ਆਪਾਂ ਛੁੱਟੀ ਕਰਕੇ ਚੱਲੇ ਹਾਂ ਘਰ ਨੂੰ, ਅਤੇ ਗੱਡੀਆਂ ਲੱਗੀਆਂ ਲੱਗਣ, ਅਤੇ ਪੰਜਾਬ ਸ਼ਾਇਦ ਬੰਦ ਦੇ ਕਰਕੇ, ਹੈ ਨਾ। ਫੈਸ਼ਨ ਦੇ ਦੌਰ 'ਚ ਗਰੰਟੀ ਦੀ ਇੱਛਾ ਨਾ ਕਰੋ, ਤੁਸੀਂ CCTV ਕੈਮਰੇ ਦੀ ਨਿਗਰਾਨੀ ਵਿੱਚ ਹੋ। ਤੁਹਾਨੂੰ ਗੁਰੂ ਨਾਨਕ। ਲਓ ਜੀ, ਆਪਣਾ ਆਰਡਰ ਇੱਕ ਹੋਰ ਹੋ ਗਿਆ ਡਿਲੀਵਰ ਅੱਜ। ਇਹ ਤੁਹਾਨੂੰ ਦਿਖਾਉਂਦੇ ਹਾਂ ਖੋਲ੍ਹ ਕੇ, ਡਾਇਮੰਡ ਫੇਸ਼ੀਅਲ ਕਿੱਟ। ਫੋਨਾਂ 'ਤੇ ਰੀਲਾਂ ਬਣਾਉਂਦੀ ਉਹਦੇ ਨਹੀਂ ਹੁੰਦੀਆਂ ਵਿੱਚ। ਲਓ ਜੀ, ਅਨਬੋਕਸਿੰਗ ਕਰ ਲਈ ਅੱਜ। ਲਓ ਜੀ, ਅਨਬੋਕਸਿੰਗ ਹੋ ਗਈ। ਬੜਾ ਖਤਰਨਾਕ ਜੀ ਪੈਕਿੰਗ ਆ ਗਈ, ਸਕਰੱਬ। ਅਤੇ ਆ ਕੀ ਆ? ਇਹ ਫੇਸ਼ੀਅਲ ਜੈੱਲ, ਆ ਕਲੀਨਜ਼ਰ, ਆ ਹੋ ਗਿਆ ਕੀ ਹੈ ਫੇਸ ਪੈਕ, ਆ ਕੀ ਆਈਟਮ, ਆ ਹੈਗੀ ਮਸਾਜ ਕਰੀਮ। ਆਹ ਚੀਜ਼ਾਂ ਬੀਬੀਆਂ ਦੇ ਲਈ ਆਈਆਂ ਸਾਡੀਆਂ, ਬੀਬੀਆਂ ਨੇ ਮੰਗਾਈਆਂ ਇਹ ਚੀਜ਼ਾਂ। ਦੇਖੋ ਕਿੰਨਾ ਸੋਹਣਾ ਮੈਸੇਜ ਲਿਖਿਆ ਬੰਦਿਆਂ ਨੇ। ਇਸੇ ਮੈਸੇਜ ਨਾਲ ਕਰਦੇ ਹਾਂ ਆਪਣਾ ਵਲੌਗ ਐਂਡ, ਵਲੌਗ ਕਰਦੇ ਹਾਂ ਅੱਜ ਐਂਡ ਆਪਣਾ, ਅਤੇ ਮਿਲਦੇ ਹਾਂ ਅਗਲੇ ਵਲੌਗ 'ਚ।